ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਗੰਨੇ ਦੀ ਟਰਾਲੀ ਦੇ ਨਾਲ ਬਾਈਕ ਟਕਰਾਇਆ, ਜਿਸ ਮੌਕੇ ਬਾਈਕ ਸਵਾਰ ਜ਼ਮੀਨ 'ਤੇ ਡਿੱਗ ਪਿਆ ਔਰ ਮੌਕੇ 'ਤੇ ਹੀ ਉਸਦੀ ਜਾਨ ਨਿਕਲ ਗਈ। 26 ਸਾਲ ਦਾ ਇਹ ਨੌਜਵਾਨ ਸੀ। ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ ਜ਼ਖਮੀ ਨੂੰ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਗਏ, ਜਿੱਥੇ ਉਸਨੇ ਦਮ ਤੋੜਿਆ। ਨਵਾਂ ਸ਼ਹਿਰ ਦੇ ਕਸਬਾ ਔੜ ਦਾ ਇਹ ਪੂਰਾ ਮਾਮਲਾ ਹੈ। 26 ਸਾਲ ਦਾ ਨੌਜਵਾਨ ਜੋ ਕਿ ਬਾਈਕ 'ਤੇ ਸਵਾਰ ਸੀ, ਗੰਨਿਆਂ ਦੇ ਨਾਲ ਭਰੀ ਹੋਈ ਟਰਾਲੀ ਦੇ ਨਾਲ ਭਿਆਨਕ ਟੱਕਰ ਵੱਜੀ, ਜਿਸ ਤੋਂ ਬਾਅਦ ਬਾਈਕ ਸਵਾਰ ਦੀ ਮੌਤ ਹੋ ਗਈ ਔਰ ਇਹ ਪੂਰਾ ਹਾਦਸਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਖਤਰਨਾਕ ਐਕਸੀਡੈਂਟ ਦੇ ਵਿੱਚ ਬਾਈਕ ਸਵਾਰ ਦੀ ਮੌਤ ਹੋਈ। 26 ਸਾਲ ਦਾ ਨੌਜਵਾਨ ਜਸਪ੍ਰੀਤ ਸਿੰਘ, ਜੋ ਕਿ ਪਿੰਡ ਗੁਰ ਅੱਪੜ ਦਾ ਰਹਿਣ ਵਾਲਾ ਸੀ, ਔਰ ਇਸਦੀ ਦਰਦਨਾਕ ਮੌਤ ਹੋਈ। ਨਵਾਂ ਸ਼ਹਿਰ ਦੇ ਕਸਬਾ ਔੜ ਦਾ ਇਹ ਪੂਰਾ ਮਾਮਲਾ। ਫਿਲਹਾਲ SHO ਜਰਨੈਲ ਸਿੰਘ ਦੇ ਮੁਤਾਬਿਕ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ, ਜਿਸ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਔੜ ਅੱਡੇ ਦੇ ਵਿੱਚ ਟਰੈਕਟਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਵੱਜਾ ਤੇ ਮੁੰਡੇ ਦੇ ਸੱਟਾਂ ਲੱਗੀਆਂ, ਕਾਫੀ ਇੰਜਰਡ ਹੋਇਆ ਉਹ, ਤੇ ਮੁੰਡੇ ਨੂੰ ਸਿਵਲ ਹੋਸਪਿਟਲ ਰਾਜੇ ਦੇ ਭੇਜਿਆ। ਪਹਿਲਾਂ ਰਾਜੇ ਤੋਂ ਬਾਅਦ ਸਿਵਲ ਲੈ ਕੇ ਗਏ ਆ। ਸਿਵਲ ਦੇ ਵਿੱਚ ਉਹਦੀ ਡੈੱਡ ਬੋਡੀ ਜਿਹੜੀ ਲਿਖਾਈ ਗਈ ਆ, ਉਹਦੇ ਬਰਾਉਨ ਡੈਥ ਲਿਖਿਆ ਉਹਨੂੰ, ਅਤੇ ਹੁਣ ਉਹਦੇ ਬ੍ਰਦਰ ਉਹਦੀ ਫੈਮਿਲੀ ਆਈ ਆ ਬਾਹਰ, ਜੋ ਵੀ ਉਹ ਸਟੇਟਮੈਂਟ ਲਿਖਾਉਂਦੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈਗੀ ਆ। ਐਕਸੀਡੈਂਟ ਕਾਹਦੇ ਨਾਲ ਹੋਇਆ ਸਰ? ਇਹ ਟਰਾਲੀ ਲੋਡਡ ਸੀ, ਗੰਨਾ ਲੋਡਡ ਸੀ ਟਰਾਲੀ ਦੇ ਵਿੱਚ, ਅਤੇ ਇੱਧਰੋਂ ਮੋਟਰਸਾਈਕਲ ਜਾ ਰਿਹਾ ਸੀ ਪਾਵੜਾ ਸਾਈਡ ਤੋਂ, ਅਤੇ ਚੌਂਕ ਦੇ ਵਿੱਚ ਇੱਥੇ ਆਪਣਾ ਬੱਸ ਅੱਡਾ ਆਇਆ ਔੜ ਦਾ, ਉੱਥੇ ਹੋਇਆ ਐਕਸੀਡੈਂਟ। ਸਰ ਕਿੰਨੀ ਕੁ ਏਜ ਸੀ ਲੜਕੇ ਦੀ ਅਤੇ ਕੀ ਨਾਮ ਸੀ, ਕਿਹੜੇ ਪਿੰਡ ਦਾ ਜੀ? ਇਹ ਗੁਰੂਪੁਰ ਦਾ ਸੀਗਾ ਲੜਕਾ ਜੀ, ਗੁਰਪ੍ਰੀਤ ਸਿੰਘ ਦਾ, ਜਸਪ੍ਰੀਤ ਸਿੰਘ ਦਾ ਨਾਂ ਆ, ਅਤੇ 26 ਸਾਲ ਦੀ ਏਜ ਆ। ਸਰ ਵਿਆਹ ਹੋਇਆ ਸੀ ਕਿ ਕੁਆਰਾ ਸੀ? ਨਹੀਂ, ਅਜੇ ਅਨਮੈਰਿਡ ਸੀਗਾ। ਜੀ ਫੈਮਿਲੀ ਮੈਂਬਰ ਆਏ ਨੇ, ਉਹਨਾਂ ਦੀ ਸਟੇਟਮੈਂਟ ਜੋ ਵੀ ਉਹ ਕਹਿੰਦੇ ਆ ਉਹਦੇ ਮੁਤਾਬਕ। ਇੱਥੇ ਕੀ ਕਾਰਵਾਈ ਹੋ ਰਹੀ ਕਾਰਵਾਈ ਸਰ? ਸਟੇਟਮੈਂਟ ਜੋ ਵੀ ਸਟੇਟਮੈਂਟ ਲਿਖਾਉਂਦੇ ਆ, ਦੇਖਦੇ ਹਾਂ ਉਹ 'ਚ ਕੀ ਬਣਦਾ, ਕੀ ਕਹਿੰਦੇ ਆ, ਜੋ ਵੀ ਅਫੈਂਸ ਬਣਦਾ ਹੋਏਗਾ ਉਹਦੇ ਤਹਿਤ ਕਾਰਵਾਈ ਕੀਤੀ ਜਾਏਗੀ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਗੰਨੇ ਦੀ ਟਰਾਲੀ ਦੇ ਨਾਲ ਬਾਈਕ ਟਕਰਾਇਆ, ਜਿਸ ਮੌਕੇ ਬਾਈਕ ਸਵਾਰ ਜ਼ਮੀਨ 'ਤੇ ਡਿੱਗ ਪਿਆ ਔਰ ਮੌਕੇ 'ਤੇ ਹੀ ਉਸਦੀ ਜਾਨ ਨਿਕਲ ਗਈ। 26 ਸਾਲ ਦਾ ਇਹ ਨੌਜਵਾਨ ਸੀ। ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ ਜ਼ਖਮੀ ਨੂੰ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਗਏ, ਜਿੱਥੇ ਉਸਨੇ ਦਮ ਤੋੜਿਆ। ਨਵਾਂ ਸ਼ਹਿਰ ਦੇ ਕਸਬਾ ਔੜ ਦਾ ਇਹ ਪੂਰਾ ਮਾਮਲਾ ਹੈ। 26 ਸਾਲ ਦਾ ਨੌਜਵਾਨ ਜੋ ਕਿ ਬਾਈਕ 'ਤੇ ਸਵਾਰ ਸੀ, ਗੰਨਿਆਂ ਦੇ ਨਾਲ ਭਰੀ ਹੋਈ ਟਰਾਲੀ ਦੇ ਨਾਲ ਭਿਆਨਕ ਟੱਕਰ ਵੱਜੀ, ਜਿਸ ਤੋਂ ਬਾਅਦ ਬਾਈਕ ਸਵਾਰ ਦੀ ਮੌਤ ਹੋ ਗਈ ਔਰ ਇਹ ਪੂਰਾ ਹਾਦਸਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਖਤਰਨਾਕ ਐਕਸੀਡੈਂਟ ਦੇ ਵਿੱਚ ਬਾਈਕ ਸਵਾਰ ਦੀ ਮੌਤ ਹੋਈ। 26 ਸਾਲ ਦਾ ਨੌਜਵਾਨ ਜਸਪ੍ਰੀਤ ਸਿੰਘ, ਜੋ ਕਿ ਪਿੰਡ ਗੁਰ ਅੱਪੜ ਦਾ ਰਹਿਣ ਵਾਲਾ ਸੀ, ਔਰ ਇਸਦੀ ਦਰਦਨਾਕ ਮੌਤ ਹੋਈ। ਨਵਾਂ ਸ਼ਹਿਰ ਦੇ ਕਸਬਾ ਔੜ ਦਾ ਇਹ ਪੂਰਾ ਮਾਮਲਾ। ਫਿਲਹਾਲ SHO ਜਰਨੈਲ ਸਿੰਘ ਦੇ ਮੁਤਾਬਿਕ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ, ਜਿਸ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਔੜ ਅੱਡੇ ਦੇ ਵਿੱਚ ਟਰੈਕਟਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਵੱਜਾ ਤੇ ਮੁੰਡੇ ਦੇ ਸੱਟਾਂ ਲੱਗੀਆਂ, ਕਾਫੀ ਇੰਜਰਡ ਹੋਇਆ ਉਹ, ਅਤੇ ਮੁੰਡੇ ਨੂੰ ਸਿਵਲ ਹੋਸਪਿਟਲ ਰਾਜੇ ਦੇ ਭੇਜਿਆ। ਪਹਿਲਾਂ ਰਾਜੇ ਤੋਂ ਬਾਅਦ ਸਿਵਲ ਲੈ ਕੇ ਗਏ ਆ।
ਸਿਵਲ ਦੇ ਵਿੱਚ ਉਹਦੀ ਡੈੱਡ ਬੋਡੀ ਜਿਹੜੀ ਰਖਾਈ ਗਈ ਆ, ਉਹਦੇ ਉਹਨੇ ਬਰੌਨ ਡੈਥ ਲਿਖਿਆ ਉਹਨੂੰ। ਅਤੇ ਹੁਣ ਉਹਦੇ ਬ੍ਰਦਰ, ਉਹਦੀ ਫੈਮਿਲੀ ਆਈ ਆ ਬਾਹਰ, ਜੋ ਵੀ ਉਹ ਸਟੇਟਮੈਂਟ ਲਿਖਾਉਂਦੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈਗੀ ਆ। ਐਕਸੀਡੈਂਟ ਕਾਹਦੇ ਨਾਲ ਹੋਇਆ ਸਰ? ਇਹ ਟਰਾਲੀ ਲੋਡਣ ਸੀ, ਗੰਨਾ ਲੋਡਣ ਸੀ ਟਰਾਲੀ ਦੇ ਵਿੱਚ, ਅਤੇ ਇੱਧਰੋਂ ਮੋਟਰਸਾਈਕਲ ਜਾ ਰਿਹਾ ਸੀ ਪਾਵੜਾ ਸਾਈਡ ਤੋਂ, ਅਤੇ ਚੌਂਕ ਦੇ ਵਿੱਚ ਇੱਥੇ ਆਪਣਾ ਬੱਸ ਅੱਡਾ ਆ ਆਉਣ ਦਾ, ਉੱਥੇ ਹੋਇਆ ਐਕਸੀਡੈਂਟ। ਸਰ ਕੀ ਕਿੰਨੀ ਕੁ ਏਜ ਸੀ ਲੜਕੇ ਦੀ ਅਤੇ ਕੀ ਨਾਮ ਸੀ, ਕਿਹੜੇ ਪਿੰਡ ਦਾ ਜੀ? ਇਹ ਗੁਰਪੁਰ ਦਾ ਸੀਗਾ ਲੜਕਾ ਜੀ, ਗੁਰਪ੍ਰੀਤ ਸਿੰਘ ਦਾ, ਜਸਪ੍ਰੀਤ ਸਿੰਘ ਦਾ ਨਾਂ ਆ, ਅਤੇ 26 ਸਾਲ ਦੀ ਏਜ ਆ। ਸਰ ਵਿਆਹ ਹੋਇਆ ਸੀ ਅੱਜ ਕੁਆਰਾ ਸੀ? ਨਹੀਂ, ਅਜੇ ਅਨਮੈਰਿਡ ਸੀਗਾ ਜੀ। ਫੈਮਿਲੀ ਮੈਂਬਰ ਆਏ ਨੇ, ਉਹਨਾਂ ਦੀ ਸਟੇਟਮੈਂਟ ਜੋ ਵੀ ਉਹ ਕਹਿੰਦੇ ਆ ਉਹਨਾਂ ਦੇ ਮੁਤਾਬਕ। ਇੱਥੇ ਕੀ ਕਾਰਵਾਈ ਹੋ ਰਹੀ ਕਾਰਵਾਈ ਸਰ? ਸਟੇਟਮੈਂਟ ਜੋ ਵੀ ਸਟੇਟਮੈਂਟ ਲਿਖਾਉਂਦੇ ਆ, ਦੇਖਦੇ ਹਾਂ ਉਹ 'ਚ ਕੀ ਬਣਦਾ, ਕੀ ਕਹਿੰਦੇ ਆ। ਜੋ ਵੀ ਅਫੈਂਸ ਬਣਦਾ ਹੋਏਗਾ ਉਹਦੇ ਤਹਿਤ ਕਾਰਵਾਈ ਕੀਤੀ ਜਾਏਗੀ।